ਅਸਲਾਮ ਅਲੈਕੁਮ ਜੀ। ਅੱਜ ਈਦ ਦਾ ਦੂਸਰਾ ਦਿਨ ਹੈ ਜੀ। ਸਭ ਦੋਸਤਾਂ ਵੀਰਾਂ ਨੂੰ ਈਦ ਉਲ ਅਜ਼ਹਾ ਮੁਬਾਰਕ। ਅੱਜ ਡੇਰੇ ਬੈਠੇ ਸੀ ਅਤੇ ਰੱਬੀ ਅੱਜ ਜਨਾਬ ਰਾਣਾ ਜ਼ੁਲਫਕਾਰ ਭੁੱਟੋ ਸਾਹਿਬ ਜਨਾਬ ਜੀ ਆ ਗਏ ਇੱਧਰ ਨੂੰ, ਅਤੇ ਸਾਡੀ ਇਹ ਖੁਸ਼ਕਿਸਮਤੀ ਆ। ਪਹਿਲੇ ਵੀ ਇਹਨਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਲਾਈ ਸੀ, ਅਤੇ ਉਹ ਤਕਰੀਬਨ 14 ਲੱਖ ਬੰਦੇ ਨੇ ਉਹ ਵੀਡੀਓ ਦੇਖੀ ਫੇਸਬੁੱਕ 'ਤੇ। ਅਤੇ ਅੱਜ ਮੈਂ ਸੋਚਿਆ ਕਿ ਇਹਨਾਂ ਨਾਲ ਕੋਈ ਥੋੜ੍ਹੀ ਬਹੁਤੀ ਗੱਲਬਾਤ ਕਰਦੇ ਹਾਂ। ਹਾਂਜੀ ਚਾਚਾ ਜੀ, ਕੀ ਹਾਲ ਚਾਲ ਹੈ? ਅਲਹਮਦੁਲਿਲਾ, ਅੱਲਾ ਪਾ ਦਾ ਸ਼ੁਕਰ ਜੀ। ਤੁਹਾਡੀ ਉਹ ਵੀਡੀਓ ਬੜੇ ਬੰਦੇ ਨੇ ਦੇਖੀ ਜੀ। ਹਾਂਜੀ ਅਲਹਮਦੁਲਿਲਾ, ਦਿਖਾਈ ਤੁਸੀਂ ਜੀ ਉਹ ਦੇਖੀ, ਬੰਦੇ ਪਤਾ ਹੀ ਨਹੀਂ ਸੀਗਾ, ਤੂੰ ਹੀ ਦੱਸਿਆ ਮੈਨੂੰ ਆ ਗਿਆ ਕਿ ਵੀਡੀਓ ਜਿਹੜੀ ਹੈ ਜੀ 10 ਲੱਖ ਬੰਦਿਆਂ ਤੋਂ ਉੱਤੇ ਬੰਦੇ ਦੇਖ ਗਏ। ਉਹ ਅੰਦਰ ਜੀ ਵੀਡੀਓ ਲੋਕਾਂ ਨੇ ਦੇਖਣੀ ਸੀ, ਉਹਦੇ 'ਚ ਮੇਰੀ ਗੱਲ ਨਹੀਂ ਸੀ ਜਾਂ ਕਿਸੇ ਦੀ ਗੱਲ ਨਹੀਂ ਸੀ ਜੀ। ਉਹ ਅੰਦਰ ਦੀ ਆਵਾਜ਼ ਸੀ ਤਕਰੀਬਨ ਹਰ ਜ਼ਿਮੀਦਾਰ ਭਰਾ ਦੀ, ਮੇਰੀ ਤਾਂ ਹੈ ਕੋਈ, ਸਾਰਿਆਂ ਦੇ ਦੁੱਖ ਸ਼ਰੀਕ ਹੋਇਆ, ਸਾਰਿਆਂ ਦੇ ਜਿਹੜੇ ਜਜ਼ਬਾਤ ਸੀ ਨਾ ਜੀ, ਉਹ ਮੈਂ ਦੱਸੇ ਸੀ ਕਿ ਭਰਾਵਾਂ ਨੂੰ ਕਿ ਜੀ ਆਹ ਆਹ ਮਸਾਇਲ ਆ, ਆਹ ਆਹ ਤਕਲੀਫਾਂ ਹੈ ਬੰਦਿਆਂ ਨੂੰ ਜੀ, ਤੇ ਬਸ ਉਹ ਭਰਾਵਾਂ ਨੇ ਪਸੰਦ ਕੀਤੀ, ਮਿਹਰਬਾਨੀ ਉਹਨਾਂ ਦੀ, ਸ਼ੁਕਰੀਆ ਜੀ। ਸਹੀ ਗੱਲ, ਹਾਂਜੀ। ਹੋਰ ਤਵਿੱਤਾ ਸਿੱਧਨ, ਅਲਹਮਦੁਲਿਲਾ ਜੀ। ਤੇ ਆ ਮੇਰੇ ਨਾਲ ਬੈਠੇ ਆ ਮੇਰੇ ਭਾਈਆ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ, ਰਾਜਾ ਬਰਾਰ ਸਾਹਿਬ। ਇੱਥੇ ਮਹਿਫਲ ਤਾਂ ਸਾਡੀ ਹਰ ਰੋਜ਼ ਸ਼ਾਮ ਨੂੰ ਲੱਗਦੀ ਆ, ਲੇਕਿਨ ਅੱਜ ਰਾਣਾ ਜ਼ੁਲਫਕਾਰ ਆਏ ਸੀ, ਮੈਂ ਕਿਹਾ ਚਲੋ ਅੱਜ ਵੀਡੀਓ ਵੀ ਬਣਾ ਲਈਏ। ਤੇ ਇਹ ਕਹਿੰਦਾ ਕਿ ਮੇਰੀ ਵੀਡੀਓ ਜਿਹੜੀ ਆ ਹਰ ਰੋਜ਼ ਹੀ ਬਣਾਇਆ ਕਰੋ, ਤੇ ਕੋਸ਼ਿਸ਼ ਕਰਾਂਗੇ 2-4 ਦਿਨਾਂ ਬਾਅਦ ਇੱਕ ਅੱਧੀ ਵੀਡੀਓ ਜਿਹੜੀ ਹੈ ਨਾ ਜੀ ਉਹ ਸੁੱਟਿਆ ਕਰਾਂਗੇ। ਅੱਛਾ, ਅੱਲਾ ਅੱਲੂ, ਅੱਜ ਕੁਰਬਾਨੀ ਦਾ ਦਿਹਾੜਾ ਆ, ਠੀਕ ਹੈ ਜੀ, ਈਦ ਦਾ ਦੂਜਾ ਦਿਨ ਆ, ਪਹਿਲਾਂ ਵੀ ਮੈਂ ਜ਼ਿਕਰ ਕੀਤਾ। ਇਹ ਜਿਹੜੀ ਰਾਣਾ ਸਾਹਿਬ ਇਹ ਅੱਜ ਕੱਲ੍ਹ ਦੀ ਜਿਹੜੀ ਕੁਰਬਾਨੀ ਆ ਇਹ, ਤੇ ਥੋੜ੍ਹਾ ਜਿਹਾ ਅਗਰ ਆਪਾਂ ਪਿਛੋਕੜ ਚੱਲ ਜਾਈਏ, ਪਿੱਛੇ ਚੱਲ ਜਾਈਏ, ਉਹ ਕੁਰਬਾਨੀ ਦਾ ਤੇ ਅੱਜ ਦੀ ਕੁਰਬਾਨੀ ਦਾ ਕੋਈ ਫਰਕ ਤੁਹਾਨੂੰ ਨਜ਼ਰ ਆਉਂਦਾ? ਬੜਾ ਫਰਕ ਆ ਜੀ, ਫਰਕ ਹੀ ਫਰਕ ਆ। ਅੱਛਾ ਜੀ, ਬਹੁਤ ਫਰਕ। ਮਸਲਨ ਸਾਰਿਆਂ ਨੂੰ ਨਜ਼ਰ ਆ ਰਿਹਾ, ਹਾਂ, ਓਵਰਆਲ ਮਸਲਨ ਉਹ ਉਦੋਂ ਲੋਕ ਜਿਹੜੇ ਸਾਡੇ ਬੜਕੇ ਸੀਗੇ ਉਹ ਕੁਰਬਾਨੀ ਦਾ ਉਹਨਾਂ ਦਾ ਉਹ ਕਹਿੰਦੇ ਆ ਕਿ ਉਹਨਾਂ ਨੇ ਦੀਨ ਵੀ ਨਾਲ ਰੱਖਿਆ ਹੋਇਆ ਸੀ, ਹਾਂਜੀ, ਤੇ ਨਾਲ ਉਹਨਾਂ ਨੇ ਜਿਹੜੀ ਆ ਆਪਣਾ ਟ੍ਰੈਡੀਸ਼ਨ ਕਹਿ ਲਓ ਤੁਸੀਂ ਅੰਗਰੇਜ਼ੀ ਦੇ ਵਿੱਚ ਰਿਵਾਜ਼ ਕਹਿੰਦੇ ਆ ਜਿਹਨੂੰ ਆਪਾਂ ਪੰਜਾਬੀ 'ਚ ਵੀ ਉਰਦੂ 'ਚ ਵੀ ਉਹਨਾਂ ਨੇ ਰਿਵਾਜ਼ਾਂ ਨੂੰ ਵੀ ਨਾਲ ਨਾਲ ਲੈ ਕੇ ਤੁਰੇ ਹੋਏ ਸੀ, ਵੀ ਉਹ ਰਿਵਾਜ਼ ਵੀ ਸਵਾਬ ਵਾਲੇ ਰਿਵਾਜ਼ ਸੀ। ਹਾਂਜੀ ਹਾਂਜੀ, ਉਹ ਰਿਵਾਜ਼ ਸਾਨੂੰ ਰਿਵਾਜ਼ ਲੱਗਦਾ ਸੀ ਲੇਕਿਨ ਉਹ ਅਹਿਸਾਸ 'ਚ ਬਦਲ ਜਾਂਦਾ ਸੀ, ਉਹ ਅਹਿਸਾਸ ਸੀਗਾ ਅਸਲ ਦੇ ਵਿੱਚ। ਅੱਛਾ, ਰਾਣਾ ਜ਼ੁਲਫਕਾਰ ਸਾਹਿਬ ਪਹਿਲਾਂ ਕਹਿੰਦੇ ਆ ਕਿ ਲੋਕ ਜਿਸ ਟਾਈਮ ਕੁਰਬਾਨੀ ਕਰਦੇ ਸੀ ਨਾ ਤੇ ਲੋਕ ਬਰਤਨ ਲੈ ਕੇ ਆ ਜਾਂਦੇ ਸੀ ਖੂਨ ਲੈਣ ਵਾਸਤੇ, ਆ ਜਾਂਦੇ ਸੀ, ਆ ਜਾਂਦੇ, ਉਹ ਖੂਨ ਲਿਜਾ ਕੇ ਨਾ ਜੀ ਆਪਣੇ ਜਿਹੜੇ ਉਹਨਾਂ ਦੇ ਅੰਬਾਂ ਦੇ ਦਰਖਤ ਸੀ ਨਾ ਜੀ, ਅੱਛਾ ਜੀ, ਉਹਨਾਂ 'ਚ ਪਾਉਂਦੇ ਹੁੰਦੇ ਸੀ। ਅੱਛਾ, ਇਹਦੇ ਨਾਲ ਮਸਲ ਜਿਹੜਾ ਪੋਲੀਆਂ ਕਰਕੇ ਉਹਦੇ ਖੂਨ ਪਾਣਾ ਕਿ ਇਹਦੇ ਨਾਲ ਜਿਹੜੀ ਆਉਣ ਵਾਲੀ ਮਸਲ ਫਸਲ ਆ ਨਾ ਜੀ ਮਖਣੀ ਦੀ ਫਰੂਟ ਵੀ ਜ਼ਿਆਦਾ ਲੱਗੇਗਾ, ਬਿਮਾਰੀ ਵੀ ਨਹੀਂ ਲੱਗੇਗੀ। ਇਹ ਦੀਨ ਦੇ ਵਿੱਚ ਗੱਲਾਂ ਤਾਂ ਨਹੀਂ ਹੈ, ਹੱਡੀ ਰੱਖਣਾ ਆ ਕੀ ਆ, ਬਾਹਰਲੇ ਮਸਲ ਇੱਕ ਰਿਵਾਜ਼ ਲਾ ਲਓ, ਬਰਕਤ ਇਹ ਨਾਲ ਜੁੜੇ ਹੋਏ ਸੀਗੇ ਜੀ ਮਸਲ ਜੀ, ਬਿੱਦਤ ਨਹੀਂ ਸੀ, ਬਾਹਰਲੇ ਦੀਨ ਦੇ ਲਿਹਾਜ਼ ਨਾਲ ਤਾਂ ਨਹੀਂ ਹੈ, ਵੈਸੇ ਬੰਦੇ ਰਿਵਾਜ਼ ਲਾ ਲਓ, ਸਿਸਟਮ ਲਾ ਲਓ, ਇੰਝ ਹੁੰਦਾ ਸੀ। ਅੱਛਾ, ਦੂਜਾ ਕਹਿੰਦੇ ਆ ਵੀ ਪਹਿਲਾਂ ਜਿਸ ਟਾਈਮ ਕੁਰਬਾਨੀ ਕਰਦੇ ਸੀ ਲੋਕ ਵੀ ਉਹ ਇੱਕ ਜਗ੍ਹਾ ਤੇ ਪੂਰਾ ਪਿੰਡ ਕੁਰਬਾਨੀ ਕਰਦਾ, ਕੁਰਬਾਨੀ ਆਪਣੇ ਆਪਣੇ ਘਰ ਕਰਦੇ ਸੀ, ਉਹ ਜਿਹੜਾ ਗੋਸ਼ਤ ਸੀ ਨਾ ਜੀ ਉਹ ਆਪਣਾ ਇੱਕ ਹਿੱਸਾ ਰੱਖ ਲੈਂਦੇ ਸੀ, ਨਹੀਂ ਕਈ ਜਗ੍ਹਾ ਇੰਜ ਸੀ ਵੀ ਘਰ ਕਰ ਲਈ ਕੁਰਬਾਨੀ, ਉਹ ਜਿਹੜਾ ਦੂਜੇ ਦੋ ਹਿੱਸੇ ਆ ਇੱਕ ਜਿਹੜਾ ਰਿਸ਼ਤੇਦਾਰਾਂ ਵਾਲਾ ਤੇ ਜਿਹੜਾ ਦੂਸਰੇ ਲੋਕਾਂ ਨੂੰ ਵੰਡਣਾ ਉਹ ਫਿਰ ਉੱਥੇ ਭੇਜ ਦਿੰਦੇ ਸੀ, ਉਹ ਇੱਕ ਜਗ੍ਹਾ ਇਕੱਠਾ ਕਰਦੇ ਸੀ, ਇਕੱਠਾ ਕਰਕੇ ਉੱਥੋਂ ਫਿਰ ਸਾਰੇ ਪਿੰਡ 'ਚ ਇੱਕ ਟੱਕ ਤੋਂ ਲਾ ਕੇ ਉਹ ਸਾਰਿਆਂ ਨੂੰ ਤਕਰੀਬ ਕਰਦੇ, ਅਮੀਰ ਨੂੰ ਵੀ ਬਰਾਬਰ ਤੇ ਗਰੀਬ ਨੂੰ। ਹੁਣ ਜਿਵੇਂ ਬੰਦੇ ਆ ਛਾਪਰ ਚੁੱਕ ਕੇ ਬੱਚੇ ਮਸਲ ਘਰ ਘਰ ਫਿਰਦੇ ਆ ਨਾ ਜੀ, ਇਸ ਤਰ੍ਹਾਂ ਉਹ ਬੰਦੇ ਦੀ ਇਸ ਤੇ ਨਫਸ ਮਜਰੂ ਹੁੰਦੀ ਆ, ਉਹ ਬੰਦੇ ਇਸ ਗੱਲ ਦਾ ਖਿਆਲ ਰੱਖਦੇ ਸੀ ਕਿ ਪਰਦਾ ਵੀ ਰੱਖਦੇ ਸੀ ਕਿ ਪਰਦਾ ਵੀ ਰਹਿ ਜਾਵੇ ਤੇ ਮਸਲ ਗੋਸ਼ਤ ਵੀ ਹਰ ਬੰਦੇ ਦੇ ਘਰ ਪਹੁੰਚ ਜਾਵੇ। ਹਾਲੇ ਵੀ ਪਿੰਡ ਹੈ ਕਿ ਸਰਾਏ ਆਲਮ 'ਚ ਮਸਲ ਉਹ ਪਿੰਡ ਦਾ ਨਾਂ ਤੇ ਨਹੀਂ ਯਾਦ ਹੈ, ਉੱਥੇ ਹਜੇ ਵੀ ਉਹ ਇਸ ਤਰ੍ਹਾਂ ਕਰ ਰਹੇ ਆ,
ਅੱਛਾ ਵੀ ਇਹਨੇ ਸਾਰਾ ਇਕੱਠਾ ਕਰ ਇਕੱਠਾ ਕਰਕੇ ਜੀ ਇਸ ਤਰ੍ਹਾਂ ਹੀ ਭੇਜਦੇ ਆ ਨਾ ਸਾਰੇ ਘਰਾਂ 'ਚ, ਮਤਲਬ ਕੋਈ ਅਮੀਰ ਆ ਕੋਈ ਸਾਰਾ ਗਰੀਬ ਆ, ਪਿੰਡ ਇਕੱਠਾ ਕਰ ਜਿਹਦੇ ਲੋ ਆਇਆ ਉਹਦੇ ਵੱਲ ਵੀ ਜਾਣਾ ਦੁਬਾਰਾ ਗੋਸ਼ਤ। ਨਹੀਂ ਇਹਦੇ ਨਾਲ ਵੈਸੇ ਇੱਕ ਤਾਂ ਇੱਕ ਦੂਸਰੇ ਨਾਲ ਭਾਈਚਾਰਾ ਮੁਹੱਬਤ, ਦੂਸਰਾ ਇਹ ਆ ਵੀ ਹਰ ਸ਼ੈ ਬਰਾਬਰ। ਹਾਂਜੀ ਬਰਾਬਰ ਜੀ ਬਰਾਬਰ, ਗਰੀਬ ਅਮੀਰ ਹਰ ਸ਼ੈ ਬਰਾਬਰ। ਦੇਖੋ ਨਾ ਇਹ ਕਿੱਡਾ ਚੰਗਾ ਰਿਵਾਜ਼ ਸੀ, ਬੜਾ ਅੱਛਾ ਰਿਵਾਜ਼ ਸੀ, ਕਿਉਂਕਿ ਕੋਈ ਬੰਦਾ ਭੁੱਖਾ ਨਹੀਂ ਗੋਸ਼ਤ ਤੋਂ ਰਹਿ ਸਕਦਾ। ਗੋਸ਼ਤ ਤੋਂ ਪਿੰਡ ਵਾਸਤੇ ਮਸਲਾ ਜੀ ਉਹ, ਹਾਂ ਪਿੰਡ ਤੇ। ਹੁਣ ਦੇਖੋ ਨਾ ਵੀ ਇੱਕ ਘਰ ਦੀ, ਹੁਣ ਆਪਾਂ ਇੱਥੇ ਦੇਖਦੇ ਹਾਂ ਵੀ ਇੱਕ ਘਰ ਦੀ ਫੈਮਿਲੀ 20 ਜੀ ਆ, ਉਹਦੇ ਲਈ ਵੀ ਆਪਾਂ 4 ਬੋਟੀਆਂ ਭੇਜਦੇ ਹਾਂ। ਇੱਕ ਘਰ ਲੈ 2 ਜੀ ਆ, ਉਹਦੇ ਲਈ ਵੀ 4, ਹੁਣ ਜਿਹਦੇ ਲਈ 20 ਜੀ ਆ ਉਹਦਾ ਤਾਂ ਕੋਈ ਫਾਇਦਾ ਨਾ ਹੋਇਆ। ਨਹੀਂ ਨਹੀਂ ਕੋਈ ਫਾਇਦਾ ਨਾ ਹੋਇਆ, ਠੀਕ ਹੈ। ਉਹ ਬਰਾਬਰੀ ਹੈ ਵੈਸੇ ਉਹਦੇ ਨਾਲ ਸਾਰਾ ਪਿੰਡ ਜਿਹੜਾ ਨਾ ਜੀ ਉਹ ਕਰ। ਬੜਾ ਅੱਛਾ ਸਿਸਟਮ। ਅੱਗੇ ਲੋਕ ਨਾ ਜੀ ਜਾਨਵਰ ਵੀ ਆਪਣੇ ਘਰਾਂ ਦੇ ਪਾਲਦੇ ਹੁੰਦੇ ਸੀ, ਜ਼ਿਆਦਾਤਰ ਉਹਨਾਂ ਨੂੰ ਮੁਹੱਬਤ ਪੈਦਾ ਹੁੰਦੀ ਸੀ। ਜਿਸ ਟਾਈਮ ਤਕਬੀਰ ਪੜ੍ਹਦੀ ਸੀ ਬੰਦੇ ਦੇਖ ਨਹੀਂ ਸਕਦੇ ਸੀ, ਮਤਲਬ ਤਕਬੀਰ ਪੜ੍ਹੀਂਦੀ ਜੀ, ਰੁੱਗ ਪੈ ਜਾਂਦਾ, ਮੁਹੱਬਤ ਹੀ ਇਤਨੀ ਹੁੰਦੀ ਸੀ ਜਾਨਵਰ ਨਾਲ ਪੈਦਾ ਹੋ ਜਾਂਦੀ ਸੀ। ਹੁਣ ਤੇ ਆਰਟੀਫਿਸ਼ੀਅਲ ਕੁਰਬਾਨੀ ਆ ਗਈਆਂ, ਅਗਲੇ ਤੇ ਲੋਕ ਚਾਂਦ ਰਾਤ ਨੂੰ ਹੀ ਖਰੀਦਦੇ ਆ, ਜ਼ਿਆਦਾ ਜ਼ਿਆਦਾ ਕਰੇਗਾ ਕੋਈ 1-2 ਦਿਨ 4 ਦਿਨ ਪਹਿਲਾਂ ਖਰੀਦ ਲਏਗਾ ਜੀ। ਅੱਛਾ ਉਹ ਗੱਲ ਤੇ ਰਹੀ ਨਹੀਂ ਹੈ ਜੀ ਕਿ ਮਤਲਬ ਜਾਨਵਰ ਰੱਖਿਆ ਉਹਨੂੰ ਪਾਲਿਆ ਆਪਣੇ ਹੱਥਾਂ ਨਾਲ ਜੀ, ਹੁਣ ਯਾਨੀ ਕਿ ਪੈਸੇ ਦੀ ਕੁਰਬਾਨੀ ਆ, ਹੁਣ ਜਾਨਵਰ ਵਾਲੀ। ਹਾਂਜੀ ਜਾਨਵਰ ਵਾਲੀ ਗੱਲ ਤੇ ਖਤਮ ਹੋ ਗਈ ਜੀ, ਸਾਰਾ ਹਿਸਾਬ ਤਾਂ ਬਸ ਉਹ ਲੱਗੇ ਆ ਜੀ ਕਿ ਕੱਟੇ ਦੀ ਕੁਰਬਾਨੀ ਜਾਇਜ਼ ਆ ਕਿ ਬੱਚੇ ਦੀ ਕੁਰਬਾਨੀ ਜਾਇਜ਼ ਆ, ਇਹ ਨਹੀਂ ਦੇਖਣਾ ਹੈ ਕਿ ਉਹਦੇ ਚ ਪੈਸਾ ਜਾਇਜ਼ ਕਿਹੜੇ ਚ ਆ ਜੀ। ਮਤਲਬ ਨਾਲੇ ਅਸਲ ਤਾਂ ਨੀਅਤ ਤੇ ਪੈਸਾ ਨਾ ਜੀ, ਤੁਹਾਡਾ ਹੱਕ ਹਲਾਲ ਦਾ ਕਮਾਇਆ ਤੁਸੀਂ ਜਾਨਵਰ ਲਿਆ, ਉਹੀ ਭਾਵੇਂ ਤੁਸੀਂ 10 ਉੱਠ ਕਰ ਦਿਓ ਜੀ, ਦੂਜੇ ਡੁੱਬੇ ਕਰ ਦਿਓ। ਨਾਲੇ ਦੂਜਾ ਜਾਨਵਰ ਜਿਹੜਾ ਨਾ ਉਹ ਵੀ ਮੋਟਾ ਤਾਜ਼ਾ ਹੋਣਾ ਚਾਹੀਦਾ। ਮੈਂ ਦੇਖਿਆ ਵੀ ਜਾਨਵਰ ਜਿਹੜੇ ਨਾ ਮੋਟੇ ਤਾਜ਼ੇ ਨਹੀਂ ਸੀ ਇਸ ਕੁਰਬਾਨੀ ਤੇ ਅੱਡਾ ਨਾ ਲੋਕਾਂ ਦੇ, ਪਤਾ ਨਹੀਂ ਕੋਈ ਪੈਸੇ ਦੀ ਕੋਈ, ਤੇ ਬਾਜ਼ਾਰਾਂ 'ਚ ਇਸ ਵਾਰੀ ਰੌਣਕ ਕੋਈ ਨਹੀਂ ਸੀ। ਇਸ ਦਫ਼ਾ ਹਾਲਾਤ ਇਹ ਸੀ ਜ਼ਿਆਦਾ ਮੋਟੇ ਤਾਜ਼ੇ ਲੈਣ ਦੀ ਗੁੰਜਾਇਸ਼ ਹੀ ਕੋਈ ਨਹੀਂ ਸੀ ਬੰਦੇ। ਹੁਣ ਕਣਕਾਂ ਜ਼ਿਮੀਦਾਰਾਂ ਦੀ ਘਰ ਪਈਆਂ, ਅੱਧੇ ਬੰਦੇ ਘੱਟ ਤੋਂ ਘੱਟ ਵੀ ਜ਼ਿਮੀਦਾਰ ਸਫੇਦ ਪੋਸ਼ ਬੰਦੇ ਕੁਰਬਾਨੀ ਕਰਨ ਤੋਂ ਰਹਿ ਗਏ, ਪੈਸਾ ਕੋਈ ਨਹੀਂ, ਕਿਉਂਕਿ ਉਹਨਾਂ ਨੇ ਅਗਲੀ ਜਿਹੜੀ ਫਸਲ ਗੱਡੀ ਆ ਨਾ ਉਹ ਵੀ ਪੱਲਿਓ ਗੱਡੀ ਨਾ, ਪਿਛਲੀ ਫਸਲ ਦਾ ਮਤਲਬ ਰਿਟਰਨ ਨਹੀਂ ਆਇਆ, ਫਸਲਾਂ ਘਰ ਪਈਆਂ, ਪੈਸਾ ਕੋਲ ਕੋਈ ਨਹੀਂ, ਜਿਹੜਾ ਕੋਲ ਸੀ ਜੋ ਜਮਾ ਪੂੰਜੀ ਸੀਗੀ ਉਹ ਲੱਗੀ ਦੂਸਰੀ ਫਸਲ ਤੇ, ਕਈਆਂ ਕੋਲ ਤਾਂ ਗੱਡ ਵੀ ਨਹੀਂ ਹੋਈ, ਕਈਆਂ ਕੋਲ ਤਾਂ ਗੱਡ ਵੀ ਨਹੀਂ ਹੋਈਆਂ, ਵਿਹਲੀਆਂ ਪਈਆਂ ਜੀ। ਚਲੋ ਕਈਆਂ ਨੇ ਗੱਡ ਲਈਆਂ ਜੀ, ਨਾਲੇ ਆਸਾਨ ਫਸਲ ਬੰਦੇ ਨੇ ਗੱਡਿਆ। ਹਾਂਜੀ ਆਸਾਨ ਜੀ, ਹਰ ਬੰਦਾ ਤਿਲ ਗੱਡ ਕੇ ਬੈਠਾ ਜੀ, ਪਤਾ ਨਹੀਂ ਕੀ ਬਣਨਾ ਤਿਲ ਦਾ ਵੀ। ਚਲੋ ਧੰਨਵਾਦ, ਸਵਾਰਲ ਇਸ ਦਫਾ ਬੇਰੌਣਕ ਸੀਗੀ ਈਦ, ਬੇਰੌਣਕ ਜੀ। ਫੇਰ ਵੀ ਵੀਰ ਜੀ ਬੜੀ ਮਿਹਰਬਾਨੀ ਜਨਾਬ, ਰਾਣਾ ਸਾਹਿਬ ਤੁਹਾਡੀ ਬੜੀ ਮਿਹਰਬਾਨੀ, ਆਇਆ ਕਰ ਚਾਚਾ ਭੁੱਟੋ ਲਾਜ਼ਮੀ, ਇਨਸ਼ਾਅੱਲਾ ਜੀ ਡੇਲੀ ਵੀਡੀਓ ਬਣਾਇਆ ਕਰਾਂਗੇ, ਆਪਾਂ ਬੈਠਾ ਕਰਾਂਗੇ, ਅਸੀਂ ਵੀ ਡੇਰਾ ਸਜਾਇਆ ਕਰਾਂਗੇ ਜੀ ਇਨਸ਼ਾਅੱਲਾ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ, ਅੱਲਾ ਹਾਫਿਜ਼।